ਸਤਿ ਸ਼੍ਰੀ ਅਕਾਲ ਜੀ ਤੁਸੀਂ ਪ੍ਰਾਈਮ ਅਸ਼ਾ ਟੈਲੀਵਿਜ਼ਨ ਦੇਖ ਰਹੇ ਹੋ ਮੈਂ ਹਾਂ ਸਵਰਨ ਸਿੰਘ ਟੈਣ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ ਸੱਜਣ ਕੁਮਾਰ ਨੂੰ ਆਪਾਂ ਸਾਰੇ ਹੀ ਜਾਣਦੇ ਹਾਂ ਕਿ ਦਿੱਲੀ ਦੀ ਹਾਈ ਕੋਰਟ ਦੇ ਵੱਲੋਂ ਪਿਛਲੇ ਦਿਨੀ ਉਮਰ ਕੈਦ ਦੀ ਸਜ਼ਾ ਤੇ 5 ਲੱਖ ਰੁਪਈਆ ਜੁਰਮਾਨਾ ਸੁਣਾਇਆ ਗਿਆ ਸੀ ਉਸ ਤੋਂ ਬਾਅਦ ਪੰਜਾਬ ਸਮੇਤ ਦੁਨੀਆ ਭਰ ਦੇ ਵਿੱਚ ਵਸਦੇ ਪੰਜਾਬੀਆਂ ਸਿੱਖ ਸੰਗਤਾਂ ਦੇ ਵੱਲੋਂ ਅਦਾਲਤ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਗਿਆ ਨਾਲ ਦੀ ਨਾਲ ਇਹ ਵੀ ਲੋਕਾਂ ਦੇ ਮਨ ਦੇ ਵਿੱਚ ਗੱਲ ਜ਼ਰੂਰ ਉੱਠੀ ਕਿ ਇੰਨੀ ਦੇਰੀ ਬਾਅਦ ਇਨਸਾਫ਼ ਕਿਉਂ ਮਿਲ ਰਿਹਾ 34 ਸਾਲ ਜ਼ਿੰਦਗੀ ਦਾ ਕੋਈ ਛੋਟਾ ਵਕਤ ਨਹੀਂ ਹੁੰਦਾ ਪਰ ਫਿਰ ਵੀ ਦੇਰ ਆਇਦ ਦਰਸਤ ਆਇਦ ਉਸ ਤੋਂ ਬਾਅਦ ਅਦਾਲਤ ਨੇ ਇਹ ਗੱਲ ਕਹੀ ਸੀ ਫੈਸਲਾ ਸੁਣਾਉਣ ਦੇ ਮੌਕੇ ਕਿ 31 ਤਰੀਕ ਤੱਕ ਯਾਨੀ ਕਿ 31 ਦਸੰਬਰ ਤੱਕ ਸੱਜਣ ਕੁਮਾਰ ਨੂੰ ਸਰੈਂਡਰ ਕਰਨਾ ਪਊਗਾ ਆਤਮ ਸਮਰਪਣ ਕਰਨਾ ਪਊਗਾ ਇਸ ਮਸਲੇ ਦੇ ਉੱਤੇ ਹੁਣ ਕਈ ਕਿਸਮ ਦੀ ਬਿਆਨਬਾਜ਼ੀ ਸ਼ੁਰੂ ਹੋਈ ਹੈ ਇੱਕ ਤਾਂ ਮੈਨੂੰ ਨਿੱਜੀ ਤੌਰ ਦੇ ਉੱਤੇ ਇਸ ਗੱਲ ਦਾ ਦੁੱਖ ਬਹੁਤ ਹੋਇਆ ਕਿ ਲੋਕਾਂ ਦੀਆਂ ਅੱਖਾਂ ਦੇ ਵਿੱਚੋਂ ਅਥਰੂ ਵਗ ਰਹੇ ਸੀ ਲੋਕ ਆਪਣਾ ਪਤਾ ਨਹੀਂ ਕੀ ਕੀ ਕੁਝ ਗਵਾ ਬੈਠੇ ਤਨ ਮਨ ਧਨ ਪਤਾ ਨਹੀਂ ਕੀ ਕੀ ਕੁਝ ਉਹਨਾਂ ਦਾ ਲੇਖੇ ਲੱਗ ਗਿਆ ਇਸ ਇਨਸਾਫ ਦੇ ਲਈ ਪਰ ਪੰਜਾਬ ਦੀਆਂ ਰਾਜਨੀਤਿਕ ਧਿਰਾਂ ਦੇ ਵੱਲੋਂ ਜੋ ਕੜੀ ਕੋਲੀ ਗਈ ਹੈ ਇਸ ਮਸਲੇ ਦੇ ਉੱਤੇ ਕਿਸੇ ਨੇ ਕਿਹਾ ਜੀ ਕਿ ਸਾਡੇ ਕਰਕੇ ਇਹ ਇਨਸਾਫ ਮਿਲਿਆ ਕਿਸੇ ਨੇ ਕਿਹਾ ਜੀ ਇਹ ਸਾਡੇ ਬਿਨਾ ਤਾਂ ਕਦੇ ਮਿਲ ਹੀ ਨਹੀਂ ਸਕਦਾ ਸੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇੱਥੋਂ ਤੱਕ ਇਹ ਗੱਲ ਕਹਿਤੀ ਕਿ 2014 ਦੇ ਵਿੱਚ ਸਾਡੀ ਸਰਕਾਰ ਬਣੀ ਹੈ ਤੇ ਜਦੋਂ ਤੋਂ ਸਾਡੀ ਸਰਕਾਰ ਬਣੀ ਹੈ ਉਦੋਂ ਤੋਂ ਹੀ ਇਹ ਇਨਸਾਫ ਮਿਲਣ ਦਾ سلسلہ ਸ਼ੁਰੂ ਹੋਇਆ ਜਦਕਿ ਅਸਲ ਗੱਲ ਇਹ ਹੈ ਕਿ 14 ਦੇ ਵਿੱਚ ਸਰਕਾਰ ਬਣੀ ਹੈ ਚਾਰਜ ਸ਼ੀਟ ਸੱਜਣ ਕੁਮਾਰ ਦੀ ਜਿਹੜੀ ਉਹ ਪਹਿਲਾਂ ਦਾਖਲ ਹੋ ਚੁੱਕੀ ਸੀ ਇਹਦੇ ਵਿੱਚ ਮੋਦੀ ਸਰਕਾਰ ਦਾ ਇੱਕ ਪੈਸੇ ਦਾ ਕੋਈ ਯੋਗਦਾਨ ਨਹੀਂ ਤੇ ਜੇਕਰ ਮੋਦੀ ਸਰਕਾਰ ਇਹ ਗੱਲ ਕਹਿੰਦੀ ਹੈ ਕਿ ਸਾਡਾ ਯੋਗਦਾਨ ਹੈ ਇਸ ਹਾਈ ਕੋਰਟ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚੋਂ ਕੋਈ ਫੈਸਲੇ ਸੁਣਾਉਣ ਦੇ ਲਈ ਤਾਂ ਇਹਦਾ ਸਿੱਧਾ ਇੱਕੋ ਇੱਕ ਅਰਥ ਹੈ ਕਿ ਕੇਂਦਰ ਸਰਕਾਰ ਦਾ ਦਖਲ ਸਾਡੀ ਨਿਆਂ ਪ੍ਰਣਾਲੀ ਦੇ ਵਿੱਚ ਹੈ ਤੇ ਜਿਹੜੀ ਗੱਲ ਅਜੇ ਤੱਕ ਨਹੀਂ ਸੀ ਕਬੂਲੀ ਜਾਂਦੀ ਮੂੰਹੋਂ ਉਹ ਇਹਦਾ ਮਤਲਬ ਮੋਦੀ ਸਾਹਿਬ ਆਪਣੇ ਮੂੰਹੋਂ ਕਬੂਲ ਰਹੇ ਆ ਪਰ ਇਹ ਗੱਲ ਸਹੀ ਹੈ ਤੇ ਸੱਚ ਹੈ ਕਿ ਮੋਦੀ ਸਰਕਾਰ ਦਾ ਇਹਦੇ ਵਿੱਚ ਕੋਈ ਯੋਗਦਾਨ ਨਹੀਂ ਇਹ ਅਦਾਲਤੀ ਪ੍ਰਕਿਰਿਆ ਦਾ ਇੱਕ ਹਿੱਸਾ ਹੈ ਇਹ ਸਬੂਤਾਂ ਦੇ ਆਧਾਰ ਦੇ ਉੱਤੇ ਗੱਲ ਹੋਈ ਹੈ ਸਲਾਮ ਆ ਉਹਨਾਂ ਬੀਬੀਆਂ ਨੂੰ ਜਿਨ੍ਹਾਂ ਦੇ ਵਿੱਚ ਬੀਬੀ ਜਗਦੀਸ਼ ਕੌਰ ਆ ਬੀਬੀ ਨਿਰਪ੍ਰੀਤ ਕੌਰ ਆ ਅਗਲੇ ਕਈ ਕੇਸ ਸੱਜਣ ਕੁਮਾਰ ਦੇ ਉੱਤੇ ਤਿਆਰ ਬਰ ਤਿਆਰ ਹੈ ਉਹਨਾਂ ਦੇ ਵਿੱਚ ਇੱਕ ਮੁੱਖ ਗਵਾਹ ਬੀਬੀ ਚਾਮਕੌਰ ਵੀ ਹੈ ਜਿਹੜੇ ਜਿਹੜੇ ਲੋਕਾਂ ਨੇ ਆਪਣੀਆਂ ਜੁੱਤੀਆਂ ਕਸਾਈਆਂ ਆਪਣੇ ਟੱਬਰ ਦੇ ਜੀਆਂ ਨੂੰ ਰੁਕਸਤ ਕੀਤਾ ਪਰੀਆਂ ਅੱਖਾਂ ਦੇ ਨਾਲ ਜਿਹੜੇ ਲੋਕ ਅਡੋਲ ਰਹੇ ਐ ਇਸ ਮਾਮਲੇ ਦੇ ਵਿੱਚ ਉਹਨਾਂ ਨੂੰ ਸਲਾਮ ਸੱਚੀ ਮੁੱਚੀ ਦਿਲੋਂ ਕਰ ਨਹੀਂ ਬਣਦੀ ਐ ਪਰ ਅੱਜ ਸੱਜਣ ਕੁਮਾਰ ਨੇ ਲੇਲੜੀਆਂ ਕੱਡੀਆਂ ਅਦਾਲਤ ਦੇ ਵਿੱਚ ਜਾ ਕੇ ਸੱਜਣ ਕੁਮਾਰ ਨੇ ਇਹ ਗੱਲ ਕਹੀ ਐ ਕਿ ਮੈਨੂੰ 1 ਮਹੀਨੇ ਦੀ ਮੌਲਤ ਦਿੱਤੀ ਜਾਵੇ ਜੀ ਆਤਮ ਸਮਰਪਣ ਕਰਨ ਵਾਸਤੇ ਸੱਜਣ ਕੁਮਾਰ ਨੂੰ ਅਦਾਲਤ ਨੇ ਕਿਹਾ ਕਿ ਆਪਣਾ ਫੋਨ ਤਾਂ ਹੁਣੇ ਸਰੈਂਡਰ ਕਰ ਦਿਓ ਇਹ ਤਾਂ ਹੁਣੇ ਇੱਥੇ ਰੱਖ ਜੋ ਤੇ ਅੱਗੋਂ ਸੱਜਣ ਨੇ ਕਿਹਾ ਜੀ ਕਿ ਮੈਂ ਮੋਬਾਈਲ ਫੋਨ ਰੱਖਦਾ ਹੀ ਨਹੀਂ ਮੇਰਾ ਮੋਬਾਈਲ ਤੋਂ ਬਿੜਾ ਹੀ ਸਰੀ ਜਾਂਦਾ ਸੱਜਣ ਕੁਮਾਰ ਨੂੰ ਅਦਾਲਤ ਨੇ ਇਹ ਗੱਲ ਕਹੀ ਕਿ ਤੁਸੀਂ ਕਿਹੜੀ ਗੱਲਾਂ ਇਹ ਸਾਰਾ ਕੁਝ ਚਾਹੁੰਦੇ ਹੋ ਇੱਕ ਮਹੀਨੇ ਦਾ ਵਕਤ ਹੋਰ ਕਿਉਂ ਮੰਗਦੇ ਹੋ ਤਾਂ ਉਹਨੇ ਇਹ ਗੱਲ ਕਹੀ ਆ ਕਿ ਮੇਰੀਆਂ ਕਈ ਜ਼ਿੰਮੇਵਾਰੀਆਂ ਮੇਰੇ ਕਈ ਕੰਮਕਾਜ ਆ ਮੈਂ ਉਹਨਾਂ ਨੂੰ ਸਮਿਟਣਾ ਚਾਹੁੰਨਾ ਤੇ ਬਾਅਦ ਦੇ ਵਿੱਚ ਮੈਂ ਆ ਕੇ ਆਤਮ ਸਮਰਪਣ ਕਰ ਲੂੰਗਾ ਹੁਣ ਇਸ ਮਸਲੇ ਦੇ ਉੱਤੇ ਇਸ ਮਾਮਲੇ ਦੇ ਉੱਤੇ ਕੁਝ ਕੁ ਘੰਟਿਆਂ ਬਾਅਦ ਦੁਬਾਰਾ ਅਦਾਲਤ ਦੇ ਵਿੱਚ ਸੁਣਵਾਈ ਹੋਊਗੀ ਉਸ ਤੋਂ ਬਾਅਦ ਅਦਾਲਤ ਕੀ ਫੈਸਲਾ ਕਰਦੀ ਕੁਝ ਕਹਿ ਨਹੀਂ ਸਕਦੇ ਪਰ ਅੱਜ ਬੀਬੀ ਜਗਦੀਸ਼ ਕੌਰ ਹੋਰਾ ਨੇ ਇੱਕ ਬਹੁਤ ਹੀ ਵਧੀਆ ਕੰਮ ਕੀਤਾ ਉਹਦਾ ਵੀ ਜ਼ਿਕਰ ਕਰਨਾ ਬਣਦਾ ਹੈ ਕਿਉਂਕਿ ਸੱਜਣ ਕੁਮਾਰ ਦੇ ਵਕੀਲ ਨੇ ਇਹ ਗੱਲ ਕਹੀ ਕਿ ਅਸੀਂ ਸੁਪਰੀਮ ਕੋਰਟ ਦੇ ਵਿੱਚ ਜਾਵਾਂਗੇ ਹਾਈ ਕੋਰਟ ਦੇ ਫੈਸਲੇ ਨੂੰ ਚੜੋਤੀ ਦੇਣ ਦੇ ਲਈ ਤੇ ਬੀਬੀ ਜੀ ਪਹਿਲਾਂ ਹੀ ਚਲੇ ਗਏ ਸੁਪਰੀਮ ਕੋਰਟ ਦੇ ਵਿੱਚ ਕਿ ਜਦੋਂ ਇਹਨਾਂ ਦੀ ਪਟੀਸ਼ਨ ਦੇ ਉੱਤੇ ਸੁਣਵਾਈ ਕਰਨੀ ਹੋਈ ਤਾਂ ਇੱਕ ਤਰਫਾ ਗੱਲ ਨਹੀਂ ਹੋਣੀ ਚਾਹੀਦੀ ਸਾਨੂੰ ਵੀ ਇੱਥੇ ਆਪਣਾ ਪੱਖ ਰੱਖਣ ਦਾ ਮੌਕਾ ਦਿੱਤਾ ਜਾਵੇ ਇਹ ਇੱਕ ਵਧੀਆ ਖਬਰ ਹੈ ਜਿਹਦੇ ਨਾਲ ਸੱਜਣ ਕੁਮਾਰ ਹੋਰ ਕਸੂਤਾ ਘਰੇਗਾ ਪਹਿਲਾਂ ਉਹ ਖਬਰ ਸਾਂਝੀ ਕਰਦੇ ਹਾਂ ਜਿਹੜੀ ਸਾਡੇ ਤੱਕ ਪੜੀ ਹੈ ਬਾਅਦ ਵਿੱਚ ਕਰਾਂਗੇ ਟਿੱਪਣੀ ਦਿੱਲੀ ਕੈਂਟ ਦੇ ਵਿੱਚ ਹੋਏ ਕਤਲੇਆਮ ਦੇ ਮਾਮਲੇ ਵਿੱਚ ਦੋਸ਼ੀ ਸੱਜਣ ਕੁਮਾਰ ਨੇ ਸਰੈਂਡਰ ਕਰਨ ਵਾਸਤੇ ਦਿੱਲੀ ਹਾਈ ਕੋਰਟ ਤੋਂ ਮੂਲਤ ਮੰਗੀ ਹੈ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕਰਕੇ ਸੱਜਣ ਨੇ ਸਰੈਂਡਰ ਦਾ ਸਮਾਂ 30 ਦਿਨ ਹੋਰ ਵਧਾਉਣ ਦੀ ਮੰਗ ਕੀਤੀ ਹੈ ਇਸ ਦੇ ਨਾਲ ਹੀ ਸੱਜਣ ਨੇ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਦਾ ਹਵਾਲਾ ਦਿੱਤਾ ਨਾਰੀ ਖੁਦ ਨੂੰ ਬੇਕਸੂਰ ਦੱਸਦੇ ਹੋਏ ਸੁਪਰੀਮ ਕੋਰਟ ਦੇ ਵਿੱਚ ਫਿਲਹਾਲ ਪਟੀਸ਼ਨ ਦਾਖਲ ਨਾ ਕਰ ਸਕਣ ਦੀ ਮਜਬੂਰੀ ਨੂੰ ਵੀ ਵਜ੍ਹਾ ਦੱਸਿਆ ਹੁਣ ਸੱਜਣ ਦੀ ਪਟੀਸ਼ਨ ਦੇ ਉੱਤੇ ਕੱਲ ਨੂੰ ਫੇਰ ਸੁਣਵਾਈ ਹੋਣੀ ਹੈ ਕਾਬਲੇ ਗੌਰ ਹੈ ਕਿ ਦਿੱਲੀ ਕੈਂਟ ਦੇ ਰਾਜਨਗਰ ਦੇ ਵਿੱਚ ਹੋਏ ਦੰਗਿਆਂ ਦੇ ਮਾਮਲੇ ਵਿੱਚ ਦਿੱਲੀ ਹਾਈ ਕੋਰਟ ਨੇ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੱਜਣ ਨੂੰ 31 ਦਸੰਬਰ ਤੱਕ ਸਰੈਂਡਰ ਕਰਨ ਵਾਸਤੇ ਕਿਹਾ ਗਿਆ ਹਾਲਾਂਕਿ ਕਤਲੇਆਮ ਪੀੜਤਾਂ ਦੇ ਵਕੀਲ ਐਚਐਸ ਫੂਲਕਾ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰੀ ਜਰਨਲਿਸਟ ਅਕਤਰ ਮਨਜਿੰਦਰ ਸਿੰਘ ਸਿਰਸਾ ਦਾ ਕਹਿਣਾ ਹੈ ਕਿ ਉਹ ਕੋਰਟ ਦੇ ਵਿੱਚ ਸੱਜਣ ਦੀ ਪਟੀਸ਼ਨ ਨੂੰ ਚੁਣੌਤੀ ਦੇਣਗੇ ਇੱਥੇ ਵੀ ਰਸਨਾ ਬਣਦਾ ਹੈ ਕਿ 1984 ਸਿੱਖ ਕਤਲੇਆਮ ਪੀੜਤ ਪਰਿਵਾਰ ਨੇ ਦੋਸ਼ੀ ਕਾਂਗਰਸੀ ਆਗੂ ਸੱਜਣ ਕੁਮਾਰ ਤੋਂ ਪਹਿਲਾਂ ਹੀ ਸੁਪਰੀਮ ਕੋਰਟ ਦੇ ਵੱਲ ਰੁਖ ਕੀਤਾ ਹੈ ਇਸ ਲਈ ਪੀੜਤ ਧਿਰ ਨੇ ਸੁਪਰੀਮ ਕੋਰਟ ਦੇ ਵਿੱਚ ਕੈਵिएट ਦਾਖਲ ਕਰਨ ਨੂੰ ਕਿਹਾ ਜਿਦੇ ਵਿੱਚ ਮੰਗ ਕੀਤੀ ਹੈ ਇਹ ਹੈ ਕਿ ਸੱਜਣ ਦੀ ਕਿਸੇ ਵੀ ਪਟੀਸ਼ਨ ਤੇ ਨਤੀਜੇ ਤੱਕ ਪਹੁੰਚਣ ਤੋਂ ਪਹਿਲਾਂ ਸਾਡਾ ਪੱਖ ਸੁਣਿਆ ਜਾਵੇ ਜ਼ਿਕਰਯੋਗ ਹੈ ਕਿ ਦਿੱਲੀ ਕੈਂਟ ਦੇ ਵਿੱਚ ਜੋ ਕਤਲੇਆਮ ਹੋਇਆ ਜਿਵੇਂ ਕਿ ਅਸੀਂ ਪਹਿਲਾਂ ਗੱਲ ਕਹੀ ਉਸ ਮਸਲੇ ਦੇ ਵਿੱਚ ਪਿਛਲੇ ਦਿਨੀ ਸੱਜਣ ਕੁਮਾਰ ਨੂੰ ਸਜ਼ਾ ਸੁਣਾਈ ਗਈ ਸੀ ਤੇ ਉਸ ਤੋਂ ਬਾਅਦ ਪੰਜਾਬ ਦੀ ਤੇ ਸਮੁੱਚੇ ਦੇਸ਼ ਦੀ ਰਾਜਨੀਤੀ ਦੇ ਵਿੱਚ ਕਾਫੀ ਵੱਡਾ ਪੁਚਾਲ ਆਇਆ ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਹਾਂ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ ਬੀਬੀ ਜਗਦੀਸ਼ ਕੌਰ ਦੀ ਮੈਂ ਸਮੁੱਚੀ ਕਹਾਣੀ ਪੜ੍ਹੀ ਜੇ ਉਹਨਾਂ ਨੇ ਆਪਣੇ ਟੱਬਰ ਨੂੰ ਆਪਣੀਆਂ ਅੱਖਾਂ ਦੇ ਮੂਹਰੇ ਕਿਵੇਂ ਸੜਦੇ ਵੇਖਿਆ ਜਿਹੜੀ ਔਰਤ ਦਾ ਪੁੱਤ ਤੇ ਪਤੀ ਗਰ ਦੇ ਵਿੱਚ ਟਾਇਰ ਪਾ ਕੇ ਸੜ ਦਿੱਤਾ ਜਾਵੇ ਉਹਦੀਆਂ ਅੱਖਾਂ ਦੇ ਮੂਹਰੇ ਉਹਦੇ ਮਨ ਦੇ ਵਿੱਚ ਬਦਲੇ ਦੀ ਇਨਸਾਫ ਦੀ ਭਾਵਨਾ ਹੋਵੇ ਤੇ ਉਹ ਅੱਜ ਤੱਕ ਅਡੋਲ ਹੋਵੇ ਜੇਕਰ ਉਹਨੂੰ ਅਸੀਂ ਸਲਾਮ ਨਹੀਂ ਕਰਦੇ ਤਾਂ ਇਹਦਾ ਮਤਲਬ ਇਹ ਹੈ ਕਿ ਅਸੀਂ ਸੰਵੇਦਨਸ਼ੀਲ ਨਹੀਂ ਹਾਂ ਇਹਦਾ ਮਤਲਬ ਇਹ ਹੈ ਕਿ ਅਸੀਂ ਮਨੁੱਖ ਨਹੀਂ ਹਾਂ ਅਸੀਂ ਰੋਬੋਟ ਬਣ ਚੁੱਕੇ ਹਾਂ ਇਸ ਮਸਲੇ ਦੇ ਉੱਤੇ ਜਿਹੜੇ ਜਿਹੜੇ ਵੀ ਰਾਜਨੀਤਿਕ ਲੋਕਾਂ ਨੇ ਨੇਤਾਵਾਂ ਨੇ ਰਾਜਨੀਤੀ ਕੀਤੀ ਆ ਉਹਨਾਂ ਨੂੰ ਫਿਟ ਲਾਣ ਤੱਕ ਕਹਿਣ ਨੂੰ ਜੀ ਕਰਦਾ ਹੈ ਕਿਉਂਕਿ ਮੰਨ ਲਓ ਸਾਡੇ ਟੱਬਰ ਦੇ ਕਿਸੇ ਜੀ ਦੇ ਉੱਤੇ ਇਹ ਸਾਰਾ ਕੁਝ ਵਾਪਰਿਆ ਹੋਵੇ ਸਾਡੇ ਟੱਬਰ ਦਾ ਕੋਈ ਜੀ ਇਸ ਤਰੀਕੇ ਨਾਲ ਅੱਗ ਦੇ ਹਵਾਲੇ ਕਰ ਦਿੱਤਾ ਜਾਵੇ ਪੜਕੀ ਹੋਈ ਭੀੜ ਦੇ ਵੱਲੋਂ ਮਾਰ ਦਿੱਤਾ ਜਾਵੇ ਕੋਹ ਕੋ ਕੇ ਤੇ ਬਾਅਦ ਦੇ ਵਿੱਚ ਸਾਨੂੰ ਇਨਸਾਫ ਮਿਲੇ 34 ਵਰਿਆਂ ਬਾਅਦ ਤੇ 34 ਵਰਿਆਂ ਬਾਅਦ ਮਿਲੇ ਹੋਏ ਇਨਸਾਫ ਦੇ ਉੱਤੇ ਰਾਜਨੀਤਿਕ ਕਰਨ ਹੋਰ ਲੋਕ ਆ ਜਾਣ ਉਹ ਆਪਣੀਆਂ ਰੋਟੀਆਂ ਸੇਕਣ ਲੱਗ ਪੈਣ ਤਾਂ ਸਾਡਾ ਮਨ ਦੁਬਾਰਾ ਫੇਰ ਨਹੀਂ ਬਲੁੰਦਰਾ ਜਾਊਗਾ ਇਹਦੇ ਬਾਬਤ ਕਦੇ ਸੋਚ ਕੇ ਦੇਖਣਾ ਬਣਦਾ ਸੋ ਬੀਬੀ ਜਗਦੀਸ਼ ਕੌਰ ਨੇ ਜਿਸ ਤਰੀਕੇ ਨਾਲ ਅੱਜ ਸੁਪਰੀਮ ਕੋਰਟ ਦੇ ਵਿੱਚ ਇਹ ਗੱਲ ਕਹੀ ਹੈ ਕਿ ਵੀ ੜ ਅਕਲ ਕਰਕੇ ਕਿ ਸਾਨੂੰ ਵੀ ਆਪਣਾ ਪੱਖ ਰੱਖਣ ਦਾ ਮੌਕਾ ਦਿੱਤਾ ਜਾਵੇ ਕਿਸੇ ਫੈਸਲੇ ਦੇ ਉੱਤੇ ਪਹੁੰਚਣ ਤੋਂ ਪਹਿਲਾਂ ਜੱਜ ਸਾਹਿਬਾਨ ਨੂੰ ਸਾਡੀ ਵੀ ਗੱਲ ਸੁਣਨੀ ਚਾਹੀਦੀ ਹੈ ਇਹ ਇੱਕ ਬਿਲਕੁਲ ਠਕਵੇਂ ਸਮੇਂ ਦੇ ਉੱਤੇ ਅਗਾਊਂ ਪ੍ਰਬੰਧ ਕੀਤਾ ਗਿਆ ਉਹਨਾਂ ਦੇ ਵੱਲੋਂ ਕਿਉਂਕਿ ਜੇਕਰ ਸੱਜਣ ਕੁਮਾਰ ਦੇ ਵਕੀਲ ਦੇ ਵੱਲੋਂ ਸਾਰੀ ਰਿਪੋਰਟ ਨੂੰ ਪੜ੍ਹ ਕੇ ਸਾਰੇ ਫੈਸਲੇ ਨੂੰ ਪੜ੍ਹ ਕੇ ਪੁਲੰਦਾ ਬਣਾ ਕੇ ਤੇ ਸੁਪਰੀਮ ਕੋਰਟ ਦੇ ਵਿੱਚ ਦਾਖਲ ਕਰ ਦਿੱਤਾ ਜਾਂਦਾ ਕਿ ਅਸੀਂ ਹੇਠਲੀ ਅਦਾਲਤ ਦੇ ਫੈਸਲੇ ਨੂੰ ਤੁਹਾਡੇ ਕੋਲ ਚੁਣੌਤੀ ਦੇਣ ਆਏ ਹ ਤੇ ਬਿਨਾਂ ਦੂਜੀ ਧਿਰ ਦਾ ਪੱਖ ਸੁਣੇ ਤੋਂ ਜੱਜ ਸਾਹਿਬਾਨ ਦੇ ਵੱਲੋਂ ਕੋਈ ਨਾ ਕੋਈ ਇਹੋ ਜਿਹਾ ਫੈਸਲਾ ਕੀਤਾ ਜਾਂਦਾ ਜਿਹਦੇ ਕਰਕੇ ਫਿਰ ਜ਼ਖਮ ਛਿੱਲੇ ਜਾਂਦੇ ਜਿਹੜੇ ਪਹਿਲਾਂ ਹੀ ਅੱਲੇ ਆ ਉਹਦੇ ਨਾਲ ਇੱਕ ਹੋਰ ਨਿਆਂ ਪ੍ਰਣਾਲੀ ਦੇ ਉੱਤੇ ਸਵਾਲ ਖੜਾ ਹੋਣਾ ਸੀ ਸੋ ਬੀਬੀ ਜਗਦੀਸ਼ ਕੌਰ ਦੇ ਵੱਲੋਂ ਜੋ ਉਪਰਾਲਾ ਕੀਤਾ ਗਿਆ ਇਸ਼ਲਾਗਾ ਯੋਗ ਹੈ ਦੂਜੀ ਗੱਲ ਇਹ ਹੈ ਕਿ ਸੱਜਣ ਕੁਮਾਰ ਨੇ ਕਿਸੇ ਰਿਸ਼ਤੇਦਾਰੀ ਦੇ ਵਿੱਚ ਤਾਂ ਜਾਣਾ ਨਹੀਂ ਜਿਹੜਾ ਵਿਅਕਤੀ ਹੁਣ ਤੱਕ 34 ਵਰਿਆਂ ਦੇ ਵਿੱਚ ਆਪਣੇ ਕੰਮ ਨਹੀਂ ਨਿਭਟਾ ਸਕਿਆ ਉਹ ਬੰਦਾ ਜਾਂ ਤਾਂ ਇਹ ਸੋਚਦਾ ਹੋਊਗਾ ਕਿ ਮੈਨੂੰ ਕਿਹੜਾ ਕੋਈ ਸਜ਼ਾ ਹੋਣੀ ਆ ਇਸ ਕਰਕੇ ਮਜ਼ੇ ਦੇ ਵਿੱਚ ਆਪਾਂ ਕੰਮ ਕਰਦੇ ਆ ਜਿਹੜੇ ਬੰਦੇ ਨੂੰ ਹੁਣ ਇਹ ਜਾਪਿਆ ਕਿ ਮੈਨੂੰ ਇੱਕ ਮਹੀਨੇ ਦੀ ਮੌਲਤ ਹੋਰ ਦਿੱਤੀ ਜਾਵੇ ਆਤਮ ਸਮਰਪਣ ਦੀ ਇਹਦਾ ਅਰਥ ਇਹ ਕੋਈ ਹੈ ਕਿ ਉਹਨੂੰ ਇਸ ਗੱਲ ਦੀ ਆਸ ਨਹੀਂ ਸੀ ਕਿ ਅਦਾਲਤ ਮੇਰੇ ਖਿਲਾਫ ਫੈਸਲਾ ਸੁਣਾਉਗੀ ਕਿਉਂਕਿ ਜੇਕਰ ਕਿਸੇ ਨੂੰ ਇਹ ਜਾਪਦਾ ਹੋਵੇ ਕਿ ਮੇਰੇ ਖਿਲਾਫ ਫੈਸਲਾ ਆ ਹੀ ਜਾਣਾ ਮੈਨੂੰ ਕਿਸੇ ਵੀ ਵੇਲੇ ਕਾਨੂੰਨ ਦੀ ਕੁੜਕੀ ਦੇ ਵਿੱਚ ਫਸਾਇਆ ਜਾ ਸਕਦਾ ਹੈ ਕਿਸੇ ਵੀ ਵੇਲੇ ਮੈਂ ਸਿੱਖਾਂ ਦੇ ਪਿੱਛੇ ਬੰਦ ਹੋ ਸਕਦਾ ਉਹ ਬੰਦਾ ਨਾਲ ਦੀ ਨਾਲ ਆਪਣੇ ਕੰਮ ਕਾਇ ਸਾਰੇ ਸਮੇਟਦਾ ਤੇ ਜਾਂ ਫਿਰ ਕੋਈ ਨਾ ਕੋਈ ਹੋਰ ਡਰਾਮਾ ਰਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੱਜਣ ਕੁਮਾਰ ਦੇ ਵੱਲੋਂ ਪਰ ਅਦਾਲਤ ਦੇ ਵੱਲੋਂ ਕੱਲ ਨੂੰ ਜਦੋਂ ਤੱਕ ਇਹ ਪ੍ਰੋਗਰਾਮ ਦਰਸ਼ਕਾਂ ਦੀ ਕਚਹਿਰੀ ਦੇ ਵਿੱਚ ਹਾਜ਼ਰ ਹੋਊਗਾ ਉਦੋਂ ਤੱਕ ਸ਼ਾਇਦ ਉਹ ਫੈਸਲਾ ਸੁਣਾ ਦਿੱਤਾ ਜਾਵੇ ਕਿ ਇੱਕ ਮਹੀਨੇ ਦੀ ਮੋਹਰਤ ਦੇਣੀ ਹੈ ਜਾਂ ਫਿਰ ਨਹੀਂ ਦੇਣੀ ਉਦਾਂ ਇਹ ਗੱਲ ਕਹਿਣੀ ਬਣਦੀ ਹੈ ਕਿ ਸੱਜਣ ਕੁਮਾਰ ਨੇ ਲੇਲੜੀਆਂ ਕੱਢੜੀਆਂ ਸ਼ੁਰੂ ਕੀਤੀਆਂ ਮੀਡੀਆ ਦੇ ਨਾਲ ਉਹਨਾਂ ਦੀਆਂ ਅੱਖਾਂ ਨਾਲ ਅੱਖਾਂ ਮਿਲੀਆਂ ਪੱਤਰਕਾਰਾਂ ਨੇ ਉਹਨਾਂ ਨੂੰ ਸਵਾਲ ਕੀਤਾ ਦਿੱਲੀ ਦੇ ਵਿੱਚ ਮੇ ਕੀ ਕਹੋਗੇ ਤੁਹਾਨੂੰ ਸਜ਼ਾ ਜਿਹੜੀ ਹੋਈ ਹੈ ਤਾਂ ਸੱਜਣ ਕੁਮਾਰ ਨੇ ਆਪਣੇ ਮੂੰਹ ਦੇ ਵਿੱਚੋਂ ਇੱਕ ਸ਼ਬਦ ਵੀ ਨਹੀਂ ਕੱਢਿਆ ਪਿਛਲੇ ਦਿਨੀ ਰਾਹੁਲ ਗਾਂਧੀ ਇੱਕ ਪ੍ਰੋਗਰਾਮ ਦੇ ਵਿੱਚ ਦਿੱਲੀ ਦੇ ਵਿੱਚ ਸੀ ਤੇ ਪੱਤਰਕਾਰਾਂ ਨੇ ਸਵਾਲ ਕੀਤਾ ਜੀ ਸੱਜਣ ਕੁਮਾਰ ਦੇ ਬਾਰੇ ਤੇ 1984 ਕਤਲੇਆਮ ਦੇ ਮੁਤਲਕ ਕੀ ਕਹੋਗੇ ਤਾਂ ਰਾਹੁਲ ਗਾਂਧੀ ਨੇ ਵੀ ਸਿਰਫ ਇੱਕੋ ਗੱਲ ਕਹੀ ਕਿ ਮੈਂ ਇਹਦੇ ਮੁਤਲਕ ਪਹਿਲਾਂ ਹੀ ਜਵਾਬ ਦੇ ਚੁੱਕਿਆ ਇਸ ਕਰਕੇ ਵਾਰ-ਵਾਰ ਨਹੀਂ ਦੇਣਾ ਉਹ ਵੀ ਇਸ ਸਵਾਲ ਦਾ ਉੱਤਰ ਡੇਢ ਤੋਂ ਭੱਜ ਨਿਕਲੇ ਪਰ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਰਾਜਨੀਤੀ ਛੜੀ ਨੇ ਸੱਚੀ-ਮੁੱੱਚੀ ਹੈਰਾਨ ਵੀ ਜ਼ਰੂਰ ਕੀਤਾ ਮੈਂ ਇੱਕ ਹੋਰ ਰਿਪੋਰਟ ਪੜ੍ਹੀ ਕਿ ਸੱਜਣ ਕੁਮਾਰ ਕਿਸੇ ਵੇਲੇ ਚਾਹ ਵੇਚਣ ਦਾ ਕੰਮ ਕਰਦਾ ਹੁੰਦਾ ਸੀ ਚਾਹ ਵੇਚਣ ਤੋਂ ਬਾਅਦ ਉਹਨੇ ਇੱਕ ਵਾਰ ਨਗਰ ਨਿਗਮ ਦੀ ਚੋਣ ਲੜੀ ਉਹਦੇ ਵਿੱਚੋਂ ਜਿੱਤਣ ਤੋਂ ਬਾਅਦ ਇਹ ਸੰਜੇ ਗਾਂਧੀ ਦੇ ਸੰਪਰਕ ਦੇ ਵਿੱਚ ਕਿਵੇਂ ਆਇਆ ਤੇ ਸੰਜੇ ਗਾਂਧੀ ਦੇ ਨਾਲ ਇੰਨੀ ਗੂੜੀ ਮਿੱਤਰਤਾ ਇੰਨਾ ਪਿਆਰ ਪਿਆ ਕਿ ਹੌਲੀ-ਹੌਲੀ ਲੋਕ ਸਭਾ ਦੀਆਂ ਪੌੜੀਆਂ ਚੜਨ ਦੇ ਵਿੱਚ ਕਾਮਯਾਬ ਹੋਇਆ ਤੇ ਕਈ ਹੋਰ ਵਕਫ ਵਕ ਕਾਂਗਰਸ ਦੇ ਵਿੱਚ ਉਹਦਾਂ ਦੇ ਉੱਤੇ ਬਿਰਾਜ ਬਣ ਰਿਹਾ ਸੋ ਚਾਹ ਵੇਚਣ ਤੋਂ ਲੈ ਕੇ ਜਿਸ ਤਰੀਕੇ ਦੇ ਨਾਲ ਸੱਜਣ ਕੁਮਾਰ ਨੇ ਆਪਣੀ ਰਾਜਨੀਤਿਕ ਪਾਰੀ ਖੇਡੀ ਉਸ ਤੋਂ ਬਾਅਦ ਵਫਾਦਾਰੀਆਂ ਨਿਭਾਉਣ ਦੇ ਚੱਕਰ ਦੇ ਵਿੱਚ ਜਿਸ ਤਰੀਕੇ ਨਾਲ ਕਤਲੇਆਮ ਦੇ ਵਿੱਚ ਯੋਗਦਾਨ ਪਾਇਆ ਤੇ ਹਾਲੇ ਵੀ ਗਵਾਹਾਂ ਦੇ ਮੂੰਹੋਂ ਇਹ ਗੱਲਾਂ ਸੁਣਨ ਨੂੰ ਮਿਲਦੀਆਂ ਖਾਸ ਕਰਕੇ ਮੀਡੀਏ ਦੇ ਮੂਹਰੇ ਆ ਕੇ ਪਿਛਲੇ ਦਿਨੀ ਗਵਾਹਾਂ ਨੇ ਕਿਹਾ ਕਿ ਮੇਰੇ ਸਾਹਮਣੇ ਇਹ ਗੱਲ ਕਹੀ ਸੀ ਸੱਜਣ ਕੁਮਾਰ ਨੇ ਕਿ ਦਿੱਲੀ ਦੇ ਵਿੱਚ ਕੋਈ ਸਿੱਖ ਬਚੜਾ ਨਹੀਂ ਚਾਹੀਦਾ ਇਹਨਾਂ ਨੇ ਮੇਰੀ ਮਾਂ ਮਾਰੀ ਆਈ ਯਾਨੀ ਕਿ ਇੰਦਰਾ ਗਾਂਧੀ ਦੇ ਮਾਰੇ ਜਾਣ ਦਾ ਸੱਜਣ ਕੁਮਾਰ ਨੂੰ ਇਸ ਕਦਰ ਦੁੱਖ ਸੀ ਕਿ ਉਹ ਕੁਝ ਵੀ ਕਰਨ ਵਾਸਤੇ ਉਸ ਵਕਤ ਤਿਆਰ ਸੀ ਸੋ ਇਸ ਕਰਕੇ ਦੇਰ ਆਇਦ ਦਰਸਤ ਆਇਦ ਆਪਣਾ ਫੈਸਲਾ ਅਦਾਲਤ ਦੇ ਵੱਲੋਂ ਸੁਣਾਇਆ ਗਿਆ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਇਹ ਗੱਲ ਕਹੀ ਗਈ ਕਿ ਸਾਨੂੰ ਇਸ ਗੱਲ ਦੀ ਤਸੱਲੀ ਹੈ ਕਿ ਕਾਨੂੰਨ ਆਪਣਾ ਕੰਮ ਕਰ ਰਿਹਾ ਸਾਨੂੰ ਇਸ ਗੱਲ ਦੇ ਉੱਤੇ ਕੋਈ ਇਤਰਾਜ਼ ਨਹੀਂ ਕਿ ਸੱਜਣ ਕੁਮਾਰ ਨੂੰ ਸਜ਼ਾ ਹੋਈ ਹੈ ਪਰ ਗਾਂਧੀ ਪਰਿਵਾਰ ਦੀ ਇਹਦੇ ਵਿੱਚ ਭੂਮਿਕਾ ਕੋਈ ਨਹੀਂ ਯਾਨੀ ਕਿ ਉਹ ਗਾਂਧੀ ਪਰਿਵਾਰ ਦਾ ਅੱਜ ਵੀ ਬਚਾ ਕਰਨ ਦੀ ਕੋਸ਼ਿਸ਼ ਦੇ ਵਿੱਚ ਹੈ ਪੰਜਾਬ ਦੇ ਵਿੱਚ ਕੋਈ ਵੀ ਕਾਂਗਰਸੀ ਮੰਤਰੀ ਕੋਈ ਵੀ ਕਾਂਗਰਸੀ ਨੇਤਾ ਭਾਵੇਂ ਵਿਧਾਇਕਾ ਭਾਵੇਂ ਕੋਈ ਹੋਰ ਇਸ ਮਸਲੇ ਦੇ ਉੱਤੇ ਮੂੰਹ ਖੋਲ ਕੇ ਰਾਜ਼ੀ ਨਹੀਂ ਪਰ ਹਾਲੇ ਸੱਜਣ ਕੁਮਾਰ ਨੇ ਹੋਰ ਕਸੂਤਾ ਫਸਣਾ ਕਈ ਹੋਰ ਕੇਸ ਲਗਾਤਾਰ ਪਿੱਛੇ ਆ ਰਹੇ ਆ ਉਹਨਾਂ ਦੇ ਵਿੱਚ ਭਵਿੱਖ ਦੇ ਅੰਦਰ ਕੀ ਕੀ ਫੈਸਲੇ ਆਉਣਗੇ ਇਹ ਵਕਤ ਦੱਸੂਗਾ ਪਰ ਉਹ ਸਾਰੇ ਦੇ ਸਾਰੇ ਕੇਸ ਆ ਜਿਹੜੇ ਉਹ ਵਰਤਮਾਨ ਕੇਸ ਦੇ ਨਾਲੋਂ ਵੀ ਵੱਧ ਅਹਿਮੀਅਤ ਰੱਖਦੇ ਆ ਕਾਰਨ ਇਹ ਆ ਕਿ ਉਹਦੇ ਵਿੱਚ ਹੋਰ ਬੜੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੇ ਕਤਲੇਆਮ ਦੀਆਂ ਗੱਲਾਂ ਜੁੜੀਆਂ ਹੋਈਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਦੋਸਤੋ ਅਸੀਂ ਇਸੇ ਤਰੀਕੇ ਨਾਲ ਜਾਰੀ ਰੱਖਾਂਗੇ ਪਰ ਪਹਿਲਾਂ ਲੈਣੇ ਇੱਕ ਛੋਟੇ ਕੀ ਬ੍ਰੇਕ ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਦੋਸਤੋ ਕੁਝ ਹੋਰ ਖਬਰਾਂ ਦੇ ਉੱਤੇ ਟਿੱਪਣੀਆਂ ਕਰਦੇ ਆਂ ਅੱਜ ਨਿੱਜੀ ਤੌਰ ਦੇ ਉੱਤੇ ਮੈਨੂੰ ਇਹ ਜਾਪਿਆ ਜੋ-ਜੋ ਰਿਪੋਰਟਾਂ ਚੋਂ ਪਾਸਿਓਂ ਆਈਆਂ ਕਿ ਆਉਂਦੇ ਸਮੇਂ ਦੇ ਵਿੱਚ ਜੋ ਪੰਜਾਬ ਡੈਮੋਕ੍ਰੈਟਿਕ ਅਲਾਈਅንስ ਜਿਹੜਾ ਕਿ ਪਿਛਲੇ ਐਤਵਾਰ ਨੂੰ ਗਠਿਤ ਕੀਤਾ ਗਿਆ ਉਹਨੂੰ ਕੋਈ ਨਾ ਕੋਈ ਚੁਣੌਤੀ ਪੈਦਾ ਹੋ ਸਕਦੀ ਹੈ ਕਿਉਂਕਿ ਡਾਕਟਰ ਗਾਂਧੀ ਨੇ ਇਹ ਗੱਲ ਕਹੀ ਹੈ ਕਿ ਅਸੀਂ ਅੱਖਾਂ ਬੰਦ ਕਰਕੇ ਨਹੀਂ ਤੁਰਾਂਗੇ ਸੁਖਪਾਲ ਖੇਰੇ ਨੂੰ ਸਾਡੇ ਮੁਤਾਬਕ ਤੇ ਸਾਨੂੰ ਉਹਦੇ ਮੁਤਾਬਕ ਚੱਲਣਾ ਚਾਹੀਦਾ ਬੋਲਣ ਤੋਂ ਪਹਿਲਾਂ ਤੋਲਣਾ ਚਾਹੀਦਾ ਆਪਣੀ ਮਰਜ਼ੀ ਦੇ ਨਾਲ ਕੋਈ ਫੈਸਲਾ ਕੋਈ ਮਤਾ ਨਹੀਂ ਪੇਸ਼ ਕਰਨਾ ਚਾਹੀਦਾ ਜਾਂ ਪਾਸ ਕਰਵਾਉਣਾ ਚਾਹੀਦਾ ਜਿਹਦੇ ਕਰਕੇ ਦੂਜਿਆਂ ਨੂੰ ਇਹ ਜਾਪੇ ਕਿ ਮੈਨੂੰ ਤਾਂ ਭਰੋਸੇ ਦੇ ਵਿੱਚ ਲਿਆ ਹੀ ਨਹੀਂ ਦੂਜੀ ਵੱਡੀ ਗੱਲ ਇਹ ਹੈ ਕਿ ਸੁਖਪਾਲ ਖੈਰੇ ਨੂੰ ਇੱਕ ਹੋਰ ਚੁਣੌਤੀ ਆ ਸਕਦੀ ਹੈ ਕਿਉਂਕਿ ਦੋ ਜਣੇ ਪਾਰਟੀ ਨੇ ਪਰੇ ਕੀਤੇ ਆ ਤੇ ਪਰ ਸਾਰੇ ਦੇ ਸਾਰੇ ਨਹੀਂ ਕੀਤੇ ਜਿਹੜੇ ਹੋਰ 6-7 ਵਿਧਾਇਕ ਬਾਗੀ ਹੋ ਕੇ ਖੈਰਾ ਧੜੇ ਨਾਲ ਫਿਰਦੇ ਆ ਉਹਨਾਂ ਨੂੰ ਪੱਟੜਨ ਦੀਆਂ ਤਿਆਰੀਆਂ ਦਿੱਲੀ ਹਾਈ ਕਮਾਂਡ ਦੇ ਵੱਲੋਂ ਸ਼ੁਰੂ ਕਰ ਦਿੱਤੀਆਂ ਗਈਆਂ। ਸੁਣਨ ਦੇ ਵਿੱਚ ਇਹ ਵੀ ਆਈ ਹੈ ਕਿ ਖੈਰਾ ਧੜੇ ਦੇ ਕੁਝ ਵਿਧਾਇਕ ਹਾਈ ਕਮਾਂਡ ਦੇ ਸੰਪਰਕ ਦੇ ਵਿੱਚ ਆ ਚੁੱਕੇ ਐ। ਕੇਜਰੀਵਾਲ ਅਗਲੇ ਦਿਨੀ ਪੰਜਾਬ ਦੇ ਵਿੱਚ ਆ ਰਹੇ ਐ। ਉਹਨਾਂ ਦੇ ਵੱਲੋਂ ਹੋ ਸਕਦਾ ਇਹਨਾਂ ਬਾਗੀ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਨਾਲ ਮੀਟਿੰਗਾਂ ਕੀਤੀਆਂ ਜਾਣ। ਸੁਣਨ ਦੇ ਵਿੱਚ ਤਾਂ ਇਹ ਵੀ ਗੱਲ ਆ ਰਹੀ ਹੈ ਕਿ ਸ਼ਾਇਦ ਉਹ ਛੋਟੇ ਪਰ ਹੋਰਾਂ ਨੂੰ ਵੀ ਮਿਲਣ ਪਰ ਉਹਦੇ ਬਾਬਤ ਬਾਅਦ ਦੇ ਵਿੱਚ ਗੱਲ ਕਰਾਂਗੇ ਜਿਹੜੇ ਇਹ ਖੈਰਾ ਗਰੁੱਪ ਦੇ ਬਾਗੀ ਹੋਏ ਵਿਧਾਇਕ ਨੇ ਇਹ ਜੇਕਰ ਹਾਈ ਕਮਾਂਡ ਦੇ ਸੰਪਰਕ ਦੇ ਵਿੱਚ ਆ ਜਾਂਦੇ ਆ। ਤਾਂ ਫਿਰ ਇਹਦਾ ਮਤਲਬ ਇਹ ਹੋਗਾ ਕਿ ਪੰਜਾਬ ਡੈਮੋਕਰੈਟਿਕ ਅਲਾਈਅንስ ਕਮਜ਼ੋਰ ਹੋ ਜਾਣਾ ਕਿਉਂਕਿ ਜਿਹੜੇ ਸਾਡੇ ਖੰਭ ਨੇ ਜਿਨ੍ਹਾਂ ਦੇ ਸਿਰ ਦੇ ਉੱਤੇ ਅਸੀਂ ਇੰਨੀ ਵੱਡੀ پرواز ਭਰਨ ਦੀ ਤਿਆਰੀ ਕਰ ਰਹੇ ਹਾਂ ਜੇਕਰ ਉਹੋ ਹੀ ਸਾਡੇ ਕੋਲੇ ਨਹੀਂ ਰਹਿੰਦੇ ਤਾਂ ਹੋਰ ਬੇਸ਼ੱਕ ਛੋਟੇ ਵੱਡੇ ਦਲ ਜਿੰਨੇ ਮਰਜ਼ੀ ਆ ਕੇ ਮਿਲ ਲੈਣ ਉਹਦੇ ਨਾਲ ਉਸ ਪਦਰ ਦੀ ਗੱਲ ਬਣਨੀ ਸੰਭਵ ਨਹੀਂ ਨੀ ਜੀ ਤੌਰ ਦੇ ਉੱਤੇ ਜਾਪਦੀ ਪਰ ਅੱਜ ਸੁਖਪਾਲ ਖੈਰਾ ਹੋਰਾਂ ਨੇ ਇਹ ਗੱਲ ਕਹੀ ਹੈ ਕਿ ਜੇਕਰ ਆਮ ਆਦਮੀ ਪਾਰਟੀ ਪੰਜਾਬ ਡੈਮੋਕਰੈਟਿਕ ਅਲਾਈਅንስ ਦੇ ਵਿੱਚ ਆ ਕੇ ਮਰਜ਼ ਹੋ ਕੇ ਚੋਣਾ ਲੜਨ ਦੀ ਇੱਛਾ ਪ੍ਰਗਟਾਵੇ ਤਾਂ ਅਸੀਂ ਰਜ਼ਾਮੰਦ ਹਾਲਾਂਕਿ ਉਹਨਾਂ ਦੀ ਇਹ ਗੱਲ ਕਿਸੇ ਨੇ ਮੰਨਣੀ ਨਹੀਂ ਕਿਉਂਕਿ ਆਮ ਆਦਮੀ ਪਾਰਟੀ ਤਾਂ ਪੰਜਾਬ ਡੈਮੋਕਰੈਟਿਕ ਅਲਾਈਅੰਸ ਨੂੰ ਕੁਝ ਨਹੀਂ ਮੰਨਦੀ ਤੇ ਅਲਾਈਅੰਸ ਵਾਲੇ ਆਮ ਆਦਮੀ ਪਾਰਟੀ ਨੂੰ ਕੁਝ ਨਹੀਂ ਮੰਨਦੇ ਇਸ ਕਰਕੇ ਜੋ ਖੈਰੇ ਨੇ ਗੱਲ ਕਹੀ ਹੈ ਪੇਸ਼ਕਸ਼ ਦੇ ਰੂਪ ਦੇ ਵਿੱਚ ਇਹ ਸਵੀਕਾਰ ਹੋਣੀ ਬਹੁਤ ਔਖੀ ਹੈ ਪਰ ਅੱਜ ਬ੍ਰਹンプੁਰਾ ਹੋਰਾਂ ਨੇ ਇਹ ਗੱਲ ਕਹੀ ਹੈ ਕਿ ਜਿਹੜਾ ਡੈਮੋਕ੍ਰੈਟਿਕ ਅਲਾਇੰਸ ਬਣਾਇਆ ਜੇਕਰ ਇਹ ਟਕਸਾਲੀ ਦਲ ਦੇ ਵਿੱਚ ਮਰਜ ਹੋ ਕੇ ਸਾਡੇ ਨਾਲ ਅੱਗੇ ਵਧਣਾ ਚਾਵੇ ਲੋਕ ਸਭਾ ਦੀਆਂ ਚੋਣਾਂ ਦੇ ਲਈ ਤਾਂ ਇਹਦੇ ਵਿੱਚ ਸਮੁੱਚੇ ਪੰਜਾਬ ਦਾ ਭਲਾ ਯਾਨੀ ਕਿ ਕੋਈ ਕਹਿ ਰਿਹਾ ਵੀ ਤੂੰ ਇਧਰ ਆ ਕੇ ਮਰਜ ਹੋ ਜਾ ਕੋਈ ਕਹਿ ਰਿਹਾ ਜੀ ਤੁਹਾਨੂੰ ਇਧਰ ਨਹੀਂ ਇਧਰ ਆ ਕੇ ਜਜ਼ਬ ਹੋ ਜਾਣਾ ਚਾਹੀਦਾ ਮਰਜ ਹੋ ਜਾਣਾ ਚਾਹੀਦਾ ਵਕਤ ਦੱਸੂਗਾ 2019 ਦੀਆਂ ਚੋਣਾਂ ਦੇ ਮੱਦੇ ਨਜ਼ਰ ਕੀ ਕੀ ਵਿੱਚੋਂ ਨਿਕਲਦਾ ਪਰ ਜੋ ਖਬਰਾਂ ਸਾਡੇ ਤੱਕ ਪੜੀਆਂ ਉਹਨਾਂ ਵਿੱਚੋਂ ਕੁਝ ਇੱਕ ਦਾ ਬੇਰਵਾ ਇਸ ਤਰੀਕੇ ਨਾਲ ਕਿ ਆਮ ਆਦਮੀ ਪਾਰਟੀ ਦੇ ਬਾਗੀ ਵਿਧਾਇਕ ਸੁਖਪਾਲ ਖੈਰਾ ਨੇ ਹੁਣ ਆਮ ਆਦਮੀ ਪਾਰਟੀ ਨੂੰ ਹੀ ਪੰਜਾਬ ਡੈਮੋਕ੍ਰੈਟਿਕ ਅਲਾਈਅੰਸ ਦੇ ਵਿੱਚ ਸ਼ਾਮਲ ਹੋਣ ਦਾ ਸੱਦਾ ਦੇ ਦਿੱਤਾ ਹੈ ਖੈਰਾ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਪੰਜਾਬ ਡੈਮੋਕ੍ਰੈਟਿਕ ਅਲਾਈਅੰਸ ਦੇ ਵਿੱਚ ਸ਼ਾਮਲ ਹੋ ਕੇ ਚੋਣ ਲੜੇ ਤਾਂ ਉਸ ਦਾ ਸਵਾਗਤ ਹੈ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਪੰਜਾਬ ਡੈਮੋਕ੍ਰੈਟਿਕ ਅਲਾਈਅੰਸ ਦੇ ਵਿੱਚ ਐਡਜਸਟ ਕਰ ਲਿਆ ਜਾਵੇਗਾ ਖੈਰੇ ਦਾ ਇਹ ਵੀ ਮੰਨਣਾ ਕਿ ਆਮ ਆਦਮੀ ਪਾਰਟੀ ਦੇ ਸਾਰੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋਣਗੀਆਂ ਭਗਵੰਤ ਮਾਨ ਨੂੰ ਥੋੜੀ ਵੋਟ ਜ਼ਰੂਰ ਪਾਏਗੀ ਇਸ ਲਈ ਭਗਵੰਤ ਮਾਨ ਕਾਂਗਰਸ ਨਾਲ ਅਲਾਈਅੰਸ ਕਰ ਉਹਨਾਂ ਨੇ ਕਿਹਾ ਕਿ ਆਪ ਨੇ ਚੋਣਾਂ ਤੋਂ ਪਹਿਲਾਂ ਇਮਾਨਦਾਰੀ ਨਹੀਂ ਵਿਖਾਈ ਪੰਜਾਬ ਦੀ ਆਮ ਆਦਮੀ ਪਾਰਟੀ ਨੂੰ ਦੁਰਗੇਸ਼ ਪਟਕੀ ਚਲਾ ਰਿਆ ਖੈਰੇ ਨੇ ਕਿਹਾ ਕਿ ਪੰਜਾਬ ਦੇ ਵਿੱਚ ਹੁਣ ਵੀ ਤੀਜੇ ਬਦਲ ਵਾਸਤੇ ਥਾਂ ਮੌਜੂਦ ਹੈ ਇਸ ਲਈ ਆਸ ਨਹੀਂ ਛੱਡਣੀ ਚਾਹੀਦੀ ਖੈਰੇ ਨੇ ਕਿਹਾ ਕਿ ਪਾਕਿਸਤਾਨ ਦੇ ਵਿੱਚ ਵੀ ਦੋ ਹੀ ਪਾਰਟੀਆਂ ਸੀ ਪਰ ਇਮਰਾਨ ਖਾਨ ਜਿੱਤੇ ਉਹਨਾਂ ਨੇ ਦਾਵਾ ਕੀਤਾ ਕਿ ਅਲਾਈਅੰਸ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਵੱਖਰੀ ਪਾਰਟੀ ਬਣਾਉਣ ਵਾਲੇ ਟਕਸਾਲੀ ਅਕਾਲੀ ਵੀ ਸ਼ਾਮਲ ਹੋ ਸਕਦੇ ਨੇ ਖੈਰੇ ਨੇ ਕਿਹਾ ਕਿ ਉਹਨਾਂ ਵੱਲੋਂ 2 ਤੋਂ 3 ਵਿਧਾਇਕ ਲੋਕ ਸਭਾ ਚੋਣਾਂ ਲੜ ਸਕਦੇ ਨੇ ਦੂਜੇ ਪਾਸੇ ਇਹ ਵੀ ਜਾਣਕਾਰੀ ਮਿਲੀ ਹੈ ਕਿ ਰਣਜੀਤ ਸਿੰਘ ਬ੍ਰਹਮਪੁਰਾ ਨੇ ਸੁਖਪਾਲ ਖੈਰਾ ਵੱਲੋਂ ਫਰੰਟ ਦੇ ਵਿੱਚ ਸ਼ਾਮਲ ਹੋਣ ਦੇ ਸੱਦੇ ਤੇ ਹਾਂ ਪੱਖੀ ਹੰਗਾਰਾ ਭਰਿਆ ਉਹਨਾਂ ਨੇ ਕਿਹਾ ਕਿ ਹਮ ਖਿਆਲੀ ਪਾਰਟੀਆਂ ਨਾਲ ਉਹਨਾਂ ਦਾ ਗੱਠ ਜੋੜ ਹੋ ਸਕਦਾ ਹੈ ਉਹ ਬੈਠ ਕੇ ਇਸ ਮੁੱਦੇ ਦੇ ਉੱਤੇ ਚਰਚਾ ਕਰ ਸਕਦੇ ਨੇ ਸੰਭਵ ਹੋਇਆ ਤਾਂ ਇਹ ਫਰੰਟ ਇਕੱਠੇ ਹੋ ਕੇ ਲੋਕ ਸਭਾ ਦੀ ਚੋਣ ਲੜ ਸਕਦਾ ਹੈ ਟਕਸਾਲੀ ਅਕਾਲੀ ਦਲ ਦੇ ਪ੍ਰਧਾਨ ਬ੍ਰਹਮਪੁਰਾ ਨੇ ਇਹ ਵੀ ਕਿਹਾ ਕਿ ਖੈਰਾ ਨਾਲ ਉਹਨਾਂ ਦੀ ਮੀਟਿੰਗ ਹੋਈ ਸੀ ਉਸ ਵੇਲੇ ਟਕਸਾਲੀ ਅਕਾਲੀ ਦਲ ਦਾ ਗਠਨ ਨਹੀਂ ਸੀ ਹੋਇਆ ਖੈਰਾ ਨਾਲ ਉਹਨਾਂ ਦੀ ਪੰਜਾਬ ਦੇ ਭਵਿੱਖ ਸੰਬੰਧੀ ਵਿਚਾਰ ਚਰਚਾ ਜ਼ਰੂਰ ਹੋਈ ਬ੍ਰਹਮਪੁਰਾ ਨੇ ਇੱਕ ਹੋਰ ਨਵੀਂ ਗੱਲ ਜੋੜਦਿਆਂ ਕਿਹਾ ਕਿ ਲੋਕ ਸਭਾ ਦੇ ਸਰਦ ਰੁੱਤ ਸੈਸ਼ਨ ਦੌਰਾਨ ਉਹਨਾਂ ਨੂੰ ਸੁਖਦੇਵ ਸਿੰਘ ਢੀਂਡਸਾ ਵੀ ਮਿਲੇ ਸਨ ਤੇ ਢੀਂਡਸਾ ਨੇ ਉਹਨਾਂ ਨੂੰ ਕਿਹਾ ਸੀ ਕਿ ਅਸੀਂ ਵੀ ਤੁਹਾਡੇ ਨਾਲ ਹਾਂ ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਹਾਂ ਦੋਸਤੋ ਪਹਿਲੇ ਗੱਲ ਤਾਂ ਅਸੀਂ ਕਹਾਂਗੇ ਸੁਖਪਾਲ ਸਿੰਘ ਖੈਰਾਣੇ ਜਿਸ ਤਰੀਕੇ ਦੇ ਨਾਲ ਭਗਵੰਤ ਮਾਨ ਦੇ ਮੁਤਲਕ ਨਵਾਂ ਖੁਲਾਸਾ ਕੀਤਾ ਕਿ ਜੇਕਰ ਥੋੜੀ-ਬਹੁਤੀ ਵੋਟ ਪਾਉਗੀ 2019 ਦੇ ਵਿੱਚ ਤਾਂ ਭਗਵੰਤ ਮਾਨ ਨੂੰ ਪਾਉਗੀ ਤੇ ਭਗਵੰਤ ਮਾਨ ਦੀ ਇੱਕੋ ਇੱਕ ਇੱਛਾ ਇਹ ਹੈ ਕਿ ਮੈਂ ਦੁਬਾਰਾ ਫਿਰ ਸੰਸਦ ਮੈਂਬਰ ਬਣ ਜਾਵਾਂ ਇਸ ਕਰਕੇ ਉਹ ਕਾਂਗਰਸ ਦੇ ਨਾਲ ਗੱਠ ਜੋੜ ਕਰਨ ਦੇ ਚਾਹਵਾਨ ਹੈ ਪਰ ਹੁਣ ਸਵਾਲ ਇੱਕ ਹੋਰ ਪੈਦਾ ਹੁੰਦਾ ਹੈ ਕਿ ਆਮ ਆदमी ਪਾਰਟੀ ਨੇਤਾ ਕਈ ਥਾਵਾਂ ਦੇ ਉੱਤੇ ਆਪਣੇ ਉਮੀਦਵਾਰ ਐਲਾਨ ਦਿੱਤੇ ਆ ਜਦੋਂ ਆਮ ਆदमी ਪਾਰਟੀ ਉਮੀਦਵਾਰ ਐਲਾਨ ਚੁੱਕੀ ਹੈ 13 ਸੀਟਾਂ ਦੇ ਵਿੱਚੋਂ 5-6 ਥਾਵਾਂ ਦੇ ਉੱਤੇ ਆਪਨੇ ਆਪਣੇ ਉਮੀਦਵਾਰ ਾਲਾਦੇ ਆ ਤਾਂ ਕਾਂਗਰਸ ਦੇ ਨਾਲ ਗੱਠ ਜੋੜ ਹੋਣ ਦੀਆਂ ਸੰਭਾਵਨਾਵਾਂ ਮੱਧਮ ਇਸ ਕਰਕੇ ਪੈਦੀਆਂ ਨਜ਼ਰ ਆ ਰਹੀਆਂ ਕਿਉਂਕਿ ਇਹ ਤਾਂ ਹੋ ਨਹੀਂ ਸਕਦਾ ਕਿ ਕਾਂਗਰਸ ਇਹ ਕਵੇ ਵੀ ਚਲੋ ਛੀਆਂ ਥਾਵਾਂ ਤੇ ਤੁਸੀਂ ਉਮੀਦਵਾਰ ਖੜੇ ਕਰ ਲੈ ਸੱਤਾ ਦੇ ਉੱਤੇ ਅਸੀਂ ਕਰ ਲੈਨੇ ਆ ਆਪਾਂ ਨੂੰ ਗੱਠ ਜੋੜ ਦੀ ਲੋੜ ਹੈ ਅੱਜ ਆਮ ਆਦਮੀ ਪਾਰਟੀ ਉਸ ਸਥਿਤੀ ਦੇ ਵਿੱਚ ਨਹੀਂ ਹੈ ਕਿ ਉਹਦੇ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਕਾਂਗਰਸ ਦੇ ਵੱਲੋਂ ਕੀਤਾ ਜਾਵੇ ਅੱਜ ਕਾਂਗਰਸ ਨੂੰ ਆਪਣਾ ਮਨੋਬਲ ਇਸ ਕਰਕੇ ਵਾਧਾ ਨਜ਼ਰ ਆ ਰਿਹਾ ਤੇ ਵੱਧ ਵੀ ਚੁੱਕਿਆ ਕਿਉਂਕਿ ਕੁਝ ਵੀ ਨਾ ਕਰਨ ਦੇ ਬਾਵਜੂਦ ਉਹਨਾਂ ਦਾ ਕੋਈ ਬਹੁਤਾ ਵਿਰੋਧ ਕਰਨ ਵਾਲਾ ਪੰਜਾਬ ਦੇ ਵਿੱਚ ਹੈ ਨਹੀਂ ਆਮ ਆਦਮੀ ਪਾਰਟੀ ਖੱਡੀ ਹੋਈ ਹੈ ਅਕਾਲੀ ਦਲ ਦੇ ਕਿਤੇ ਪੈਰ ਨਹੀਂ ਲੱਗ ਰਹੇ ਇਸ ਕਰਕੇ ਕੁਝ ਵੀ ਨਾ ਕਰਨ ਦੇ ਬਾਵਜੂਦ ਕਾਂਗਰਸੀ ਬਾਗੋ-ਬਾਗ ਹੈ ਕਿ ਸਾਡੀ ਝੋਲੀ ਦੇ ਵਿੱਚ ਆਪ ਬਹਾਰੇ 219 ਵਾਲੀਆਂ ਸੀਟਾਂ ਸਾਰੀਆਂ ਦੀਆਂ ਸਾਰੀਆਂ ਪੈਣ ਦੀ ਸੰਭਾਵਨਾ ਹੈ ਬਾਕੀ ਵਕਤ ਦੱਸੂਗਾ ਪਰ ਜਿਹੜੀ ਗੱਲ ਅੱਜ ਬ੍ਰਹンプੁਰਾ ਸਾਹਿਬ ਨੇ ਕਹੀ ਹੈ ਕਿ ਢੀਂਡਸਾ ਖੁਰੀ ਨੇ ਜਿਹੜੇ ਉਹਨਾਂ ਦੇ ਨਾਲ ਵੀ ਸਾਡੀ ਮੁਲਾਕਾਤ ਹੋਈ ਸੀ ਤੇ ਸੈਸ਼ਨ ਤੋਂ ਪਹਿਲਾਂ-ਪਹਿਲਾਂ ਉਹ ਵੀ ਸਾਡੇ ਨਾਲ ਆ ਕੇ ਰਲ ਸਕਦੇ ਆ ਜੇਕਰ ਇਹ ਸੱਜੀ ਮੁੱਚੀ ਰਲ ਜਾਂਦੇ ਆ ਤਾਂ ਫਿਰ ਕੋਈ ਨਾ ਕੋਈ ਚਮਤਕਾਰ ਸੱਚੀ-ਮੁੱੱਚੀ ਹੋਣ ਦੀ ਸੰਭਾਵਨਾ ਪਰ ਮੈਨੂੰ ਨਿੱਜੀ ਤੌਰ ਦੇ ਉੱਤੇ ਜਾਪਦਾ ਹੈ ਕਿ ਰਾਜ ਸਭਾ ਦੀ ਮੈਮਰੀ ਜਿਹੜੇ ਇਨਸਾਨ ਕੋਲੇ ਹੋਵੇ ਉਹਨੂੰ ਮੇਰੇ ਖਿਆਲ ਦੇ ਮੁਤਾਬਕ ਇੰਨੀ ਛੇਤੀ ਇਨਾ ਵੱਡਾ ਕੋਈ ਫੈਸਲਾ ਨਮਿਆਂ ਦੇ ਨਾਲ ਆਉਣ ਦੇ ਵਿੱਚ ਦਿਲਚਸਪੀ ਵਾਲਾ ਨਹੀਂ ਲੱਗਦਾ ਹੋਣਾ ਸੋ ਬ੍ਰਹਮਪੁਰਾ ਖੁਰਾਂ ਦੀ ਮਿੱਤਰਤਾ ਨਿੱਜੀ ਹੈਗੀ ਆ ਉਹਨਾਂ ਦੇ ਨਾਲ ਬ੍ਰਹਮਪੁਰਾ ਹੋਰੀ ਉਹਨਾਂ ਦੇ ਹਮਖਿਆਲੀਆਂ ਦੇ ਵਿੱਚ ਰਹੇ ਆ ਬ੍ਰਹਮਪੁਰਾ ਹੋਰੀ ਕਿਉਂਕਿ ਢੀਂਡਸੇ ਦੇ ਨਾਲ ਹਮੇਸ਼ਾ ਤੇ ਬਾਦਲ ਸਾਹਿਬ ਦੇ ਨਾਲ ਹਮੇਸ਼ਾ ਰਹੇ ਆ ਪਰ ਸ਼ਾਮੇ ਵਾਂਗ ਵਿਚਰਦੇ ਇਸ ਕਰਕੇ ਉਹਨਾਂ ਨੇ ਇਹ ਗੱਲ ਕਹੀ ਹੋ ਸਕਦੀ ਹੈ ਪਰ ਹਾਂ ਇਹ ਵੀ ਗੱਲ ਕਹਿਣੀ ਬਣਦੀ ਹੈ ਕਿ ਜੇਕਰ ਡੈਮੋਕ੍ਰੈਟਿਕ ਅਲਾਇੰਸ ਤੇ ਟਕਸਾਲੀ ਦਲ ਇਕੱਠੇ ਹੋ ਜਾਂਦੇ ਆ ਤਾਂ ਇਹਦੇ ਨਾਲ ਪੰਜਾਬ ਦੀ ਰਾਜਨੀਤੀ ਇੱਕ ਵਾਰ ਪ੍ਰਭਾਵਿਤ ਜ਼ਰੂਰ ਹੋਊਗੀ ਪਰ ਇਹ ਗੱਲ ਵਕਤ ਦੇ ਉੱਤੇ ਨਿਰਭਰ ਕਰਦੀ ਹੈ ਕਿ ਇਹ ਜੇਕਰ ਇਕੱਠੇ ਹੁੰਦੇ ਆ ਤਾਂ ਕਿੰਨੀ ਦੇਰ ਵਾਸਤੇ ਇਹ ਇਕੱਠਤਾ ਸਾਨੂੰ ਦਿਖਾਈ ਦਿੰਦੀ ਹੈ ਔਨਲਾਈਨ ਸ਼ਾਪਿੰਗ ਵਾਲੀ ਕੰਪਨੀ ਐਮਾਜ਼ਾਨ ਦੇ ਵੱਲੋਂ ਪਿਛਲੇ ਦਿਨੀ ਜੋ ਕਰਤੂਤ ਕੀਤੀ ਗਈ ਕਰਤੂਤ ਸ਼ਬਦ ਇਸ ਕਰਕੇ ਵਰਤ ਰਹੇ ਹਾਂ ਕਿਉਂਕਿ ਇਹ ਗਲਤੀ ਨਹੀਂ ਇਹ ਗੁਣਾ ਇਹ ਕਰਤੂਤ ਹੈ ਜਿਹਦੇ ਕਰਕੇ ਲੋਕਾਂ ਦੀਆਂ ਭਾਵਨਾਵਾਂ ਦੇ ਉੱਤੇ ਸੱਟ ਵੱਜੀ ਹੈ Amazon ਕੰਪਨੀ ਨੇ ਜੋ ਕੀਤਾ ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਦਰਬਾਰ ਸਾਹਿਬ ਦੀ ਤਸਵੀਰ ਟਾਇਲਟ ਮੈਟ ਦੇ ਉੱਤੇ ਛਾਪ ਦਿੱਤੀ ਗਈ ਉਸ ਤੋਂ ਬਾਅਦ ਜਦੋਂ ਚੌਪਾਸੀ ਵਿਰੋਧ ਉੱਠਿਆ ਤਾਂ ਇਹਨਾਂ ਦੇ ਵੱਲੋਂ ਉਹ ਪ੍ਰੋਡਕਟ ਉਹ ਸਾਰਾ ਕੁਝ ਡਿਲੀਟ ਕਰ ਦਿੱਤਾ ਗਿਆ ਆਪਣੀ ਵੈਬਸਾਈਟ ਤੋਂ ਪਰ ਇਸ ਦੇ ਬਾਵਜੂਦ ਲੋਕਾਂ ਦੇ ਵਿੱਚ ਰੋਸ ਦੀ ਲਹਿਰ ਪ੍ਰਚੰਡ ਹੈ ਇਹ ਪ੍ਰਚੰਡ ਹੋਣੀ ਕੁਦਰਤੀ ਵੀ ਹੈ ਕਿਉਂਕਿ ਇਹ ਕੋਈ ਖੇਡ ਤਾਂ ਹੈ ਨਹੀਂ ਕਿ ਕਰੋਨਾ ਅਰਬਾਂ ਲੋਕਾਂ ਦੀ ਆਸਥਾ ਦਾ ਕੇਂਦਰ ਦਰਬਾਰ ਸਾਹਿਬ ਉਡੀ ਤਸਵੀਰ ਇਹੋ ਜੀ ਥਾਂ ਦੇ ਉੱਤੇ ਛਾਪੀ ਜਾਵੇ ਜਿਹਦੇ ਬਾਬਤ ਅਸੀਂ ਕਦੇ ਸੋਚ ਵੀ ਨਹੀਂ ਸਕਦੇ ਸੋਚਤਾ ਅਸੀਂ ਕਿਸੇ ਹੋਰ ਧਰਮ ਗ੍ਰੰਥ ਦੇ ਬਾਰੇ ਕਿਸੇ ਹੋਰ ਧਾਰਮਿਕ ਥਾਂ ਦੇ ਬਾਰੇ ਵੀ ਨਹੀਂ ਸਕਦੇ ਪਰ ਜਿਸ ਤਰੀਕੇ ਦੇ ਨਾਲ ਦਰਬਾਰ ਸਾਹਿਬ ਦੀ ਤਸਵੀਰ ਪ੍ਰਕਾਸ਼ਿਤ ਕੀਤੀ ਗਈ ਛਾਪੀ ਗਈ ਟਾਇਲਟ ਮੈਟ ਦੇ ਉੱਤੇ ਉਹਦੇ ਨਾਲ ਇੱਕ ਵਾਰ ਇਹ ਪਤਾ ਜ਼ਰੂਰ ਲੱਗ ਗਿਆ ਕਿ Amazon ਦੇ ਵੱਲੋਂ ਸ਼ਾਇਦ ਸਾਜਿਸ਼ ਦੇ ਤਹਿਤ ਚਰਚਾ ਦੇ ਲਈ ਹਲਕੇ ਪੱਧਰ ਦੀ ਚਰਚਾ ਦੇ ਲਈ ਕਿ ਸਾਡਾ ਪ੍ਰੋਡਕਟ ਜਿਹੜਾ ਉਹ ਪ੍ਰਚਾਰਿਆ ਜਾਊਗਾ ਲੋਕਾਂ ਦੇ ਵਿੱਚ ਵਿਰੋਧ ਉੱਠੂਗਾ ਤਾਂ ਸਾਡੀ ਚੀਜ਼ ਵੱਧ ਵਿਕੂਗੀ ਸ਼ਾਇਦ ਇਸ ਭਾਵਨਾ ਦੇ ਤਹਿਤ ਇਹ ਸਾਰਾ ਕੁਝ ਕੀਤਾ ਗਿਆ ਹੋਵੇ ਜਲੰਧਰ ਦੇ ਵਿੱਚ Amazon ਦਾ ਇੱਕ ਦਫ਼ਤਰ ਹੈ ਉਹਨੂੰ ਅੱਜ ਸਿੱਖ ਪਾਲਮੀਲ ਕਮੇਟੀ ਦੇ ਵੱਲੋਂ ਤਾਲਾ ਝੜ ਦਿੱਤਾ ਗਿਆ ਯਾਨੀ ਕਿ ਆਪਣਾ ਵਿਰੋਧ ਪ੍ਰਗਟਾਵਾ ਕਰਦਿਆਂ ਇੱਕ ਮੋਟਾ ਤਾਲਾ ਲੈ ਕੇ ਤੇ ਇਹਨਾਂ ਦੇ ਸ਼ਟਰ ਨੂੰ ਲਾ ਦਿੱਤਾ ਗਿਆ ਇਸ ਕਰਕੇ ਆਉਂਦੇ ਸਮੇਂ ਦੇ ਵਿੱਚ ਇਹ ਵਿਰੋਧ ਵੱਖ-ਵੱਖ ਹੋਰ ਥਾਵਾਂ ਦੇ ਉੱਤੇ ਵੀ ਵਧਣ ਦੇ ਅਸਾਰ ਨਜ਼ਰ ਆ ਰਹੇ ਆ ਪਹਿਲਾਂ ਉਹ ਖਬਰ ਸਾਂਝੀ ਕਰਦੇ ਜੋ ਸਾਡੇ ਤੱਕ ਪਈ ਹੈ ਬਾਅਦ ਵਿੱਚ ਕਰਾਂਗੇ ਟਿੱਪਣੀ ਜਲੰਧਰ ਦੇ ਵਿੱਚ ਦੁਆਬੇ ਦਾ ਐਮਾਜ਼ਾਨ ਕੰਪਨੀ ਨੂੰ ਸਿੱਖ ਪਾਲਮੇਲ ਕਮੇਟੀ ਦੇ ਮੈਂਬਰਾਂ ਨੇ ਤਾਲਾ ਜੜ ਦਿੱਤਾ ਹੈ ਕਮੇਟੀ ਨੇ ਐਲਾਨ ਕੀਤਾ ਕਿ ਜਦੋਂ ਤੱਕ ਕੰਪਨੀ ਦੇ ਖਿਲਾਫ ਸਖਤ ਕਾਰਵਾਈ ਨਹੀਂ ਹੁੰਦੀ ਉਹ ਦਫਤਰ ਨਹੀਂ ਖੁੱਲਣ ਦੇਣਗੇ ਸਿੱਖ ਤਾਲਮੇਲ ਕਮੇਟੀ ਦੇ ਮੈਂਬਰਾਂ ਨੇ ਕਿਹਾ ਕਿ ਐਮਾਜ਼ਾਨ ਕੰਪਨੀ ਵੱਲੋਂ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਦੇ ਆ ਟਾਇਲਟ ਸੀਟਾਂ ਤੇ ਬਾਥਰੂਮ ਸੀਟਾਂ ਦੇ ਉੱਤੇ ਦਰਬਾਰ ਸਾਹਿਬ ਦੀ ਫੋਟੋਸ਼ਾਪੀ ਗਈ ਸੀ ਉਹਨਾਂ ਨੂੰ ਪਤਾ ਲੱਗਾ ਕਿ ਕੰਪਨੀ ਦਾ ਦੁਆਬੇ ਦਾ ਦਫਤਰ ਜਲੰਧਰ ਦੇ ਵਿੱਚ ਹੈ ਪੁਲਿਸ ਨੂੰ ਨਾਲ ਲੈ ਕੇ ਦਫਤਰ ਨੂੰ ਤਾਲਾ ਝੜ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਇਹ ਕਰਤੂਤ ਕਰਨ ਵਾਲਿਆਂ ਦੇ ਖਿਲਾਫ ਕਾਰਵਾਈ ਕਰਕੇ ਗ੍ਰਿਫਤਾਰ ਕੀਤਾ ਜਾਵੇ ਕਮੇਟੀ ਨੇ ਐਲਾਨ ਕੀਤਾ ਕਿ ਜਿੰਨੀ ਦੇਰ ਤੱਕ ਕਾਰਵਾਈ ਨਹੀਂ ਹੁੰਦੀ ਉਹਨਾਂ ਚਿਰ ਇਹ ਦਫਤਰ ਬੰਦ ਹੀ ਰਹੇਗਾ ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਆਂ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ ਜਿਸ ਤਰੀਕੇ ਦੇ ਨਾਲ ਅੱਜ ਸਿੱਖ ਪਾਲਮੀਲ ਕਮੇਟੀ ਦੇ ਵੱਲੋਂ ਜਲੰਧਰ ਦੇ ਵਿੱਚ ਕਾਰਵਾਈ ਕੀਤੀ ਗਈ ਹੈ ਮੈਨੂੰ ਨਿੱਜੀ ਤੌਰ ਦੇ ਉੱਤੇ ਇਹ ਜਾਪਦਾ ਹੈ ਕਿ ਆਉਂਦੇ ਕੁਝ ਕੁ ਦਿਨਾਂ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਹੋਰ ਵੀ ਇਹੋ ਜਿਹੀਆਂ ਕਾਰਵਾਈਆਂ ਹੋਣਗੀਆਂ Amazon ਦੇ ਵੱਲੋਂ ਜੋ ਗਲਤੀ ਕੀਤੀ ਗਈ ਹੈ ਗੁਨਾਹ ਕੀਤਾ ਗਿਆ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਕੁਝ ਮਹੀਨੇ ਪਹਿਲਾਂ ਵੱਖ-ਵੱਖ Hindu ਦੇਵੀ ਦੇਵਤਿਆਂ ਦੀਆਂ ਤਸਵੀਰਾਂ ਵੀ ਵੱਖ-ਵੱਖ ਇਤਰਾਜਯੋਗ ਚੀਜ਼ਾਂ ਦੇ ਉੱਤੇ ਪ੍ਰਕਾਸ਼ਿਤ ਕੀਤੀਆਂ ਗਈਆਂ ਸੀ ਉਦੋਂ ਵੀ ਵਿਰੋਧ ਉੱਠਿਆ ਪਰ ਬਹੁਤ ਘੱਟ ਉਸ ਤੋਂ ਪਹਿਲਾਂ ਵੀ ਭਾਰਤ ਦੇ ਤਿਰੰਗੇ ਦੀ ਤਸਵੀਰ ਇਹਨਾਂ ਦੇ ਵੱਲੋਂ ਕੁੱਝ ਕਿ ਇਹੋ ਜਿਹੀਆਂ ਥਾਵਾਂ ਤੇ ਛਾਪੀ ਗਈ ਸੀ ਜਿਹਦੇ ਕਰਕੇ ਕੇਂਦਰ ਤੱਕ ਇਹ ਗੱਲ ਉੱਠੀ ਸੀ ਤੇ ਐਮਾਜ਼ਾਨ ਦੇ ਵੱਲੋਂ ਮਾਫੀ ਮੰਗੀ ਗਈ ਸੀ ਯਾਨੀ ਕਿ ਐਮਾਜ਼ਾਨ ਦੇ ਵਿੱਚ ਜੋ ਲੋਕ ਬੈਠੇ ਆ ਜਾਂ ਤਾਂ ਉਹ ਮੂਰਖ ਹੈ ਤੇ ਜਾਂ ਫਿਰ ਬਹੁਤ ਛਾਤਰ ਹੈ ਜਿਨ੍ਹਾਂ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਕਿ ਭਾਈ ਕਿਹੜੀ ਚੀਜ਼ ਦੀ ਕੀ ਅਹਿਮੀਅਤ ਆ ਧਾਰਮਿਕ ਚੀਜ਼ ਦੀ ਕੀ ਅਹਿਮੀਅਤ ਹੁੰਦੀ ਹੈ ਸਮਾਜਿਕ ਚੀਜ਼ ਦੀ ਕੀ ਅਹਿਮੀਅਤ ਹੁੰਦੀ ਹੈ ਦੇਸ਼ ਦੇ ਰਾਸ਼ਟਰੀ ਝੰਡੇ ਦੀ ਕੀ ਅਹਿਮੀਅਤ ਹੈ ਇਹ ਲੋਕ ਆਪਣੀਆਂ ਚੀਜ਼ਾਂ ਦੀ ਵਿਕਰੀ ਹੈ ਜਿਹੜੀ ਉਹ ਦੁਨੀਆ ਭਰ ਦੇ ਵਿੱਚ ਕਰਦੇ ਆ ਤੇ ਜਦੋਂ ਭਾਰਤ ਦੇ ਵਿੱਚ ਵੀ ਵੱਖ-ਵੱਖ ਥਾਵਾਂ ਦੇ ਉੱਤੇ ਦਫ਼ਤਰ ਹੈ ਤੇ ਫੇਰ ਵੀ ਇਹ ਆਪਣੇ ਪ੍ਰੋਡਕਟਾਂ ਦੇ ਉੱਤੇ ਇਤਰਾਜਯੋਗ ਤਸਵੀਰਾਂ ਛਾਪਦੇ ਆ ਜਾਂ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਵਾਲੀਆਂ ਤਸਵੀਰਾਂ ਦੀ ਪੇਸ਼ਕਾਰੀ ਕਰਦੇ ਆ ਇਹਨਾਂ ਦਾ ਸਖਤ ਵਿਰੋਧ ਹੋਣਾ ਚਾਹੀਦਾ ਵੀ ਹੈ ਤੇ ਹੋ ਵੀ ਰਿਹਾ ਦੂਜੀ ਗੱਲ ਇਹ ਦੋਸਤੋ ਜਾਂਦੇ ਜਾਂਦੇ ਦੱਸਣੀ ਬਣਦੀ ਕਿ ਪੰਜਾਬ ਦੇ ਵਿੱਚ ਮੌਸਮ ਬੇਹੱਦ ਠੰਡਾ ਹੋ ਚੁੱਕਿਆ ਮੌਸਮ ਵਿਭਾਗ ਨੇ ਇਸ ਗੱਲ ਦਾ ਅੰਦਾਜ਼ਾ ਪੇਸ਼ ਕੀਤਾ ਕਿ 4 ਤੋਂ ਲੈ ਕੇ 5 ਡਿਗਰੀ ਤੱਕ ਪਾਰਾ ਹੋਰ ਥੱਲੇ ਆਉਣਾ ਪੰਜਾਬ ਦੇ ਵਿੱਚ ਕੋਰਾ ਲਗਾਤਾਰ ਪੈ ਰਿਹਾ ਪੰਜਾਬ ਦੇ ਵਿੱਚ ਤੁੰਦ ਲਗਾਤਾਰ ਵੱਧ ਰਹੀ ਹੈ ਜਿਹਦੇ ਕਰਕੇ ਲਗਾਤਾਰ ਹਾਦਸੇ ਸਾਹਮਣੇ ਆ ਰਹੇ ਹਨ ਖਬਰਾਂ ਦੋਸਤੋ ਕਈ ਹੋਰ ਵੀ ਸਨ ਪਰ ਜੋ ਵਕਤ ਦੀ ਘਾਟ ਹੈ ਰੁਕਣ ਦਾ ਇਸ਼ਾਰਾ ਕਰ ਰਹੀ ਹੈ ਕੱਲ ਨੂੰ ਇਸੇ ਵੇਲੇ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ ਤੁਸੀਂ ਲਗਾਤਾਰ ਦੇਖਦੇ ਰਹੋ ਪ੍ਰਾਈਮਰੀ ਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ